ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਰ ਵੱਲੋਂ ਕੇਵਲ ਢਿੱਲੋਂ ਦੀ ਕੰਪੇਨ ਖੁਦ ਸਾਂਭਣ ਦਾ ਐਲਾਨ, ਬੋਲੇ ਸੰਗਰੂਰ ਤੋਂ ਕੇਵਲ ਢਿੱਲੋਂ ਨੂੰ ਜਿਤਾਉਣਾ ਮੇਰੀ ਜ਼ਿੰਮੇਵਾਰੀ, ਨਾਲ ਹੀ ਕਿਹਾ ਸੰਗਰੂਰ ਤੋਂ ਢਿੱਲੋਂ ਨਹੀਂ ਮੈਂ ਖੁਦ ਲੜ ਰਹੀ ਹਾਂ ਚੋਣ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਤੇਜ਼ ਕੀਤਾ ਚੋਣ ਪ੍ਰਚਾਰ, ਪਿੰਡ ਪਿੰਡ ਜਾ ਕੇ ਲੋਕਾਂ ਨਾਲ ਕੀਤਾ ਜਾ ਰਿਹਾ ਸੰਪਰਕ, ਆਪਣਾ 5 ਸਾਲਾਂ ਦਾ ਵਿਖਾਇਆ ਰਿਪੋਰਟ ਕਾਰਡ। ਕਾਂਗਰਸ ਦੇ ਸੀਨੀਅਰ ਲੀਡਰ ਇੰਦਰਜੀਤ ਸਿੰਘ ਜੀਰਾ ਨੇ ਫਿਰੋਜ਼ਪੁਰ ਤੋਂ ਮੰਗੀ ਲੋਕ ਸਭਾ ਟਿਕਟ, ਕਿਹਾ ਪਾਰਟੀ ਦੇਵੇ ਟਿਕਟ ਤਾਂ ਸੁਖਬੀਰ ਬਾਦਲ ਨੂੰ ਦੇਵਾਂਗਾ ਕਰਾਰੀ ਹਾਰ। ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਨ ਜੋਰਾ ਸਿੰਘ ਵੱਲੋਂ ਜਲੰਧਰ 'ਚ ਖੇਤਾਂ ਦਾ ਦੌਰਾ, ਮੀਂਹ ਕਾਰਨ ਬਰਬਾਦ ਹੋਈ ਫਸਲ 'ਤੇ ਜਿਤਾਈ ਚਿੰਤਾ, ਕਿਸਾਨਾਂ ਨੂੰ ਮਦਦ ਦਾ ਦਿਵਾਇਆ ਭਰੋਸਾ। ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਮਾਨਸਾ ਚੋਣ ਪ੍ਰਚਾਰ, ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ, ਮੀਂਹ ਨਾਲ ਨੁਕਸਾਨੀ ਕਿਸਾਨਾਂ ਦੀ ਫਸਲ ਨੂੰ ਲੈ ਕੇ ਜਿਤਾਇਆ ਦੁੱਖ। ਸ੍ਰੀ ਫਤਿਹਗੜ੍ਹ ਸਾਹਿਬ ਤੋਂ PDI ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਲੋਕਾਂ 'ਚ ਜਾ ਕੇ ਕੀਤਾ ਚੋਣ ਪ੍ਰਚਾਰ, ਕਾਂਗਰਸ ਅਕਾਲੀ ਦੇ ਆਮ ਆਦਮੀ ਪਾਰਟੀ ਦੇ ਸਾਧੇ ਨਿਸ਼ਾ ਨੇ, ਕਿਹਾ ਸਾਰੀਆਂ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਚੁੱਕੇ ਨੇ ਲੋਕ। ਫਰੀਦਕੋਟ ਲੋਕ ਸਭਾ ਦੇ ਕੋਟਕਪੁਰਾ ਵਿਧਾਨ ਸਭਾ ਹਲਕੇ ਦੇ ਪਿੰਡਾਂ 'ਚ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਵਰਕਰਾਂ ਨਾਲ ਕੀਤੀਆਂ ਚੋਣ ਮੀਟਿੰਗਾਂ, ਲੋਕ ਸਭਾ ਚੋਣਾਂ 'ਚ ਵੱਡੀ ਜਿੱਤ ਦਾ ਕੀਤਾ ਦਾਅਵਾ, ਕਿਹਾ 2022 ਵਿੱਚ ਪੰਜਾਬ ਅੰਦਰ ਅਕਾਲੀ ਦਲ ਦੀ ਬਣੇਗੀ ਸਰਕਾਰ, ਸੁਖਬੀਰ ਸਿੰਘ ਬਾਦਲ ਹੋਣਗੇ ਮੁੱਖ ਮੰਤਰੀ। ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਚੋਣ ਪ੍ਰਚਾਰ ਨੂੰ ਮਿਲਿਆ ਭਰਵਾਂ ਹੁੰਗਾਰਾ, ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਕ੍ਰਿਸ਼ਨ ਭਾਈਚਾਰੇ ਨਾਲ ਕੀਤੀ ਮੀਟਿੰਗ, ਚੋਣਾਂ 'ਚ ਸਮਰਥਨ ਦੇਣ ਦੀ ਕੀਤੀ ਅਪੀਲ, ਕ੍ਰਿਸ਼ਨ ਭਾਈਚਾਰੇ ਨੇ ਵੀ ਸਮਰਥਨ ਦਾ ਦਿੱਤਾ ਭਰੋਸਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਬਦਲ ਦਾ ਸਿਲਸਿਲਾ ਜਾਰੀ, ਕਾਂਗਰਸ 'ਚ ਸ਼ਾਮਿਲ ਹੋਏ ਸਨੌਰ ਹਲਕੇ ਦੇ ਆਗੂ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਪਸ਼ਟ ਕੀਤਾ ਸੁਖਪਾਲ ਖਹਿਰਾ ਦੀ ਪਾਰਟੀ ਨੂੰ ਅਲਵਿਦਾ ਆਖਣ ਦਾ ਕਾਰਨ, ਕਿਹਾ ਕਾਂਗਰਸ ਪਾਰਟੀ ਦਾ ਨਹੀਂ ਹੈ ਕੋਈ ਬਦਲ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਚੋਣ ਪ੍ਰਚਾਰ ਦੇ ਦੌਰਾਨ ਸਾਧੇ ਪ੍ਰਧਾਨ ਮੰਤਰੀ ਮੋਦੀ ਦੇ ਨਿਸ਼ਾਨੇ, ਕਿਹਾ ਮੋਦੀ ਅਤੇ ਭਾਜਪਾ ਦੀਆਂ ਨੀਤੀਆਂ ਕਿਸਾਨ ਵਿਰੁੱਧ। ਲੁਧਿਆਣਾ ਤੋਂ ਕਾਂਗਰਸ ਦੇ MLA ਸੰਜੇ ਤਲਵਾੜ ਵੱਲੋਂ ਵੋਟਰਾਂ ਨੂੰ ਲਵਾਉਣ ਦੀ ਕੋਸ਼ਿਸ਼, ਵੱਖਰੇ ਤਰੀਕੇ ਨਾਲ ਕੀਤਾ ਜਾ ਰਿਹਾ ਚੋਣ ਪ੍ਰਚਾਰ, ਕਿਹਾ ਜਿਹੜਾ ਬਲਾਕ ਮੈਂਬਰ ਆਪਣੇ ਬਲਾਕ 'ਚ ਦਬਾਵੇਗਾ ਜ਼ਿਆਦਾ ਲੀਡ, ਉਸ ਨੂੰ ਲੈ ਕੇ ਜਾਵਾਂਗੇ ਦੁਬਈ ਟੂਰ 'ਤੇ। ਹੁਸ਼ਿਆਰਪੁਰ 'ਚ ਖੋਲ੍ਹਿਆ ਗਿਆ ਅਕਾਲੀ ਭਾਜਪਾ ਗਠਜੋੜ ਦਾ ਇਕੱਠਾ ਚੋਣ ਦਫ਼ਤਰ, ਸ਼ਵੇਤ ਮਲਿਕ ਨੇ ਕੀਤਾ ਉਦਘਾਟਨ, ਕਾਂਗਰਸ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਸਾਦੇ ਨਿਸ਼ਾਨੇ, ਕਿਹਾ ਚੱਬੇਵਾਲ ਆਪਣੇ ਵਿਧਾਇਕਾਂ ਕੋਲੋਂ ਕਟੋਰਾ ਲੈ ਕੇ ਮੰਗ ਰਿਹਾ ਵੋਟਾਂ। ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕੱਢਿਆ ਰੋਡ ਸ਼ੋਅ, ਕੈਬਨਿਟ ਮੰਤਰੀ ਚਰਨਜੀਤ ਚੰਨੀ ਵੀ ਰਹੇ ਮੌਜੂਦ, ਵੱਡੀ ਜਿੱਤ ਦਾ ਕੀਤਾ ਦਾਅਵਾ।